ਕਰਜ਼ਾ ਦਿਵਾਉਣ ਦੇ ਨਾਂ ਤੇ ਹੋਈ ਔਰਤਾਂ ਨਾਲ ਠੱਗੀ। ਇੱਕ ਦਰਜਨ ਔਰਤਾਂ ਤੋਂ ਠੱਗੇ ਕਰੀਬ 3200 ਰੁਪਏ। ਸਸਤੇ ਵਿਆਜ ਤੇ ਆਸਾਨ ਕਿਸ਼ਤਾਂ ਤੇ ਲੋਨ ਦਿਵਾਉਣ ਦਾ ਕੀਤਾ ਸੀ ਵਾਅਦਾ। ਨੌਸਰਬਾਜਾ ਨੇ ਪਿੰਡ 'ਚ ਹੀ ਖੋਲਿਆ ਸੀ ਫਰਜ਼ੀ ਦਫ਼ਤਰ, ਭੋਲੀ ਭਾਲੀ ਔਰਤਾਂ ਨੂੰ ਫਸਾ ਲਿਆ ਆਪਣੀ ਗੱਲਾਂ 'ਚ। ਇਹ 3-4 ਲੜਕੇ ਲੈ ਕੇ ਆਏ ਹੌਲੀ ਹੌਲੀ ਉਮਰ 'ਚ, ਤੇ ਇੱਕ ਸਿਆਣਾ ਜਿਹਾ ਬੰਦਾ ਆਇਆ ਸਰਦਾਰ ਸਾਡੇ ਗੇਟ ਦੇ ਪਾਸ, ਤੇ ਉਹ ਵੀ ਨਾਲ ਠਾਹ ਨੂੰ ਧਾਉਣ ਸੁੱਟੀ ਉਹਨੇ ਢੀਠ ਜਿਹਾ ਸਿਆਣਾ ਬਿਆਣਾ ਬੰਦਾ ਵਾ, ਲੰਮਾ ਜਵਾਨ, 6-7 ਫੁੱਟ ਕੱਦ, ਜਨਾਨੀਆਂ ਨੂੰ ਇਕੱਠੀਆਂ ਕਰਕੇ ਹੌਲੀ ਹੌਲੀ 2-3 ਵਾਰੀ ਸਾਡੇ ਪਿੰਡ ਆਏ ਆ। ਕਈ ਬੰਦੇ ਚਲੋ ਕਾਬੂ ਨਹੀਂ ਆਉਂਦੇ, ਕਈ ਕਹਿੰਦੇ ਇੱਦਾਂ ਡਾਕੂ ਡੂਕੂ ਆ, ਜਨਾਨੀਆਂ ਵਿਚਾਰੀਆਂ ਕਿਸੇ ਮੌਕੇ ਚਲੋ ਕਿਸੇ ਨੂੰ ਲੋੜ ਹੁੰਦੀ ਪੈਸੇ ਢੇਲੇ ਦੀ, ਇਸ ਕਰਕੇ ਬੰਦਾ ਕਹਿੰਦਾ ਚੱਲ ਯਾਰ ਹੌਲੀ ਹੌਲੀ ਦਿੰਦੇ ਰਹਾਂਗੇ, ਉੱਤਰ ਹੀ ਜਾਣੇ, ਕੋਈ ਗੱਲ ਨਹੀਂ। ਇਹਨਾਂ ਨੂੰ ਗੁਰਦਾਸਪੁਰ ਸੱਦ ਕੇ ਕਿਸੇ ਦੀ ਕੋਠੀ ਦੇ ਵਿੱਚ ਇਹਨਾਂ ਦੇ ਹੱਥੀ ਪੈਸੇ ਲੈ ਕੇ ਮੁੰਡੇ, ਇੱਕ ਲੜਕੇ ਨੇ ਹੌਲਾ ਜਿਹਾ ਮੁੰਡਾ ਸੀ 20-22 ਸਾਲ ਦਾ ਹੋਣਾ, ਮੈਂ ਵੀ ਉੱਥੇ ਹੀ ਉੱਦਾਂ, ਅਤੇ ਸਾਡਾ ਬੰਦਾ ਵੀ ਸੁਪਾਲ ਐ ਮੀਆਂ ਸਾਲਾ ਉੱਥੇ ਹੀ, ਅਤੇ ਪੈਸੇ ਇਹਨਾਂ ਕੋਲ ਕਿਸੇ ਕੋਲ 500 ਫਿਰ 3000 ਲਿਆ, 32-3200 ਰੁਪਈਆ ਲਿਆ ਹੋਣਾ ਇਹਨਾਂ ਨੇ, ਹਾਂਜੀ 32-3200 ਲਿਆ ਜੀ। ਅਤੇ ਵਿਚਾਰੀਆਂ ਨੂੰ ਹੱਥੀ ਪੈਸੇ ਫੜਾਏ 12 ਵਾਰੀ, ਫਿਰ ਕਹਿੰਦੇ ਸੈਨ ਕਰੋ, 12 ਵਾਰੀ ਇਹਨਾਂ ਵਿਚਾਰੀਆਂ ਨੇ ਸੈਨ ਵੀ ਕੀਤੇ, ਮੈਂ ਵੀ ਬੋਲਿਆ ਇਹ ਤਾਂ ਠੱਗ ਪੁਣਾ ਪੈਸੇ ਨਾ ਕਿਤੇ ਦੇ ਬੈਠੋ, ਤੁਹਾਨੂੰ ਲੱਭਣੇ ਨਹੀਂ, ਤਾਂ ਦਫ਼ਤਰ ਔਫ ਆ, ਅਤੇ ਉਹ ਲੱਗਾ ਸੀ ਬੋਰਡ ਲੱਗਾ ਸੀ, ਬੋਰਡ ਪਾੜ ਪੂੜ ਕੇ ਤਾਲੇ ਮਾਰ ਕੇ ਭੱਜ ਭੁੱਜ ਗਏ ਆ। ਜੇ ਕਿਤੇ ਬੰਦੇ ਲੱਭਣ ਤਾਂ ਫਿਰ ਤਾਂ ਚੱਲ ਅਸੀਂ ਛੱਡਦੇ ਨਹੀਂ, ਵੇਖੀ ਜਾਏਗੀ, ਮਰਨਾ ਤਾਂ ਹੈ ਹੀ ਆ, ਕੋਈ ਗੱਲ ਨਹੀਂ। ਕੁਲਵੰਤ ਸਿੰਘ, ਕੋਠੇ ਮਜੀਠੀ, ਵਿਲੇਜ ਕੋਠੇ ਮਜੀਠੀ। ਠੱਗੀ ਇੱਥੇ ਆਏ ਸੀ, ਕਹਿੰਦੇ ਤੁਹਾਨੂੰ ਲੋਨ ਮਿਲੇਗਾ, ਪਹਿਲੇ 50,000 ਕਹਿੰਦੇ ਸੀ, ਫਿਰ ਕਹਿੰਦੇ ਤੁਹਾਨੂੰ ਲੱਖ ਮਿਲੇਗਾ, ਅਤੇ ਲੱਖ ਦੀ ਇੰਨੀ ਕਿਸ਼ਤ ਹੋਣੀ ਹੈ, 50,000 ਦੀ ਇੰਨੀ ਕਿਸ਼ਤ ਹੋਣੀ ਹੈ। ਉੱਥੇ ਤੁਸੀਂ ਗੁਰਦਾਸਪੁਰ ਆਇਆ ਦਫ਼ਤਰ, ਅਤੇ 32-3200 ਲੈ ਕੇ ਆਇਓ ਨਾਲ, ਅਤੇ ਅਸੀਂ ਲੈ ਕੇ ਦੇ ਆਏ ਪੈਸੇ ਅਸੀਂ, ਅਤੇ ਮੁੜ ਕੇ ਜਦੋਂ ਬਾਅਦ 'ਚ ਗਏ ਕਹਿੰਦੇ ਸੋਮ ਮੰਗਲਵਾਰ ਤੁਹਾਨੂੰ ਪੈਸੇ ਮਿਲ ਜਾਣਗੇ, ਅਤੇ ਸੋਮ ਮੰਗਲਵਾਰ ਤੱਕ ਅਸੀਂ ਗਏ ਅਤੇ ਉੱਥੇ ਤਾਲੇ ਤੁਲੇ ਬੰਦ ਕਰਕੇ ਦੌੜ ਗਏ ਸੀ, ਬੋਰਡ ਬਾਰਡ ਵੀ ਪਾੜ ਛੱਡਦਾ ਸੀ ਉਹਨਾਂ ਨੇ, ਅਤੇ ਹੁਣ ਅਸੀਂ ਥਾਣੇ ਰਿਪੋਰਟ ਕਰਨ ਲੱਗੇ ਹਾਂ। ਅੱਜ ਨਾ ਸਾਡੇ ਨਾਲ ਠੱਗੀ ਮਾਰੀ ਹੈ, ਕੀ ਪਤਾ ਲਾਗੇ ਕਿੰਨੀਆਂ ਕੁ ਠੱਗੀਆਂ ਮਾਰੀਆਂ ਇਹਨਾਂ ਨੇ ਪਿੰਡ ਦੇ ਵਿੱਚ, ਇਹ ਸਾਨੂੰ ਨਹੀਂ ਪਤਾ। ਹੁਣ ਹੋਰ ਵੀ ਸਾਨੂੰ ਦੱਸੀ ਇਹਨਾਂ ਨੇ, ਕਾਗਜ਼ ਲਿਆ ਕੇ ਕਹਿੰਦੇ ਆ ਫਲਾਣੇ ਪਿੰਡ ਦਾ ਆ, ਫੋਟੋਆਂ ਤੁਸੀਂ ਲਾਈਆਂ, ਇਹ ਫਲਾਣੇ ਪਿੰਡ ਦੇ ਫਾਰਮ ਭਰੇ ਦੇ ਆ, ਉਹ ਪਿੰਡ ਦੇ ਫਾਰਮ ਭਰੇ ਦੇ ਆ, ਹੁਣ ਪਤਾ ਨਹੀਂ ਲੱਗੇ ਕਿੰਨੀਆਂ ਕੁ ਠੱਗੀਆਂ ਮਾਰ ਕੇ ਆਏ ਆ, ਇਹਦਾ ਸਾਨੂੰ ਇਨਸਾਫ ਦਿੱਤਾ ਜਾਏ। ਅਸੀਂ SSP ਸਾਹਿਬ ਨੂੰ ਬੇਨਤੀ ਕਰਨੇ ਆ ਜਾ ਕੇ, ਅਤੇ ਸਾਨੂੰ ਇਨਸਾਫ ਦਿੱਤਾ ਜਾਏ। ਅਤੇ ਅਸੀਂ ਤਾਂ ਐਵੇਂ ਇਹਨਾਂ ਦੇ ਠੱਗ ਪੁਣੇ ਵਿੱਚ ਆ ਗਏ, ਸਾਨੂੰ ਘਰੋਂ ਠੱਗ ਕੇ ਲੈ ਗਏ ਆ, ਅਤੇ ਸਾਨੂੰ ਉੱਥੇ ਉਹਨਾਂ ਨੇ ਆਪਣੇ ਦਫ਼ਤਰ ਸੱਦ ਲਿਆ ਵਾ, ਅਸੀਂ ਉੱਥੇ ਚੱਲ ਗਏ ਹਾਂ, ਉੱਥੇ ਸਾਡੇ ਕੋਲ ਇੱਕ ਮੈਂਬਰ ਕੋਲੋਂ 32-3200 ਰੁਪਈਆ ਸਾਡੇ ਕੋਲ ਲਿਆ ਵਾ, ਅਸੀਂ 10 ਮੈਂਬਰ ਹਾਂ, ਅਤੇ ਅਸੀਂ ਤਾਂ ਹੁਣ ਬੜੇ ਪਰੇਸ਼ਾਨ ਹਾਂ, ਨਾ ਸਾਡਾ ਉਹ ਫੋਨ ਚੁੱਕਣ ਦੇ ਆ ਨਾ ਕੁਛ, 2 ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ, ਅਤੇ ਸਾਡੇ ਨਾਲ ਬਹੁਤ ਜ਼ਿਆਦਾ ਠੱਗੀ ਹੋਈ ਆ, ਅਸੀਂ ਕਹਿੰਦੇ ਹਾਂ ਕਿ ਕੱਲ੍ਹ ਨੂੰ ਸਾਡੀ ਤਾਂ ਠੱਗੀ ਹੋਈ ਹੋਈ, ਹੋਰਨਾਂ ਨਾਲ ਨਾ ਹੋਵੇ, ਇਹ ਇਹਨਾਂ ਨੂੰ ਠੱਲ ਪਾਈ ਜਾਵੇ, ਜਿਹੜੇ ਚੋਰ ਹੈ ਪੰਜਾਬੀ ਆ, ਕੋਈ ਹੋਰ ਨਹੀਂ ਹੈਗੇ ਨਾ, ਅਤੇ ਇਹ ਜ਼ਰੂਰ ਕੀਤੀ ਜਾਵੇ ਇਹਨਾਂ ਦੇ ਉੱਤੇ। ਮੰਗ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ, ਸਾਡੇ ਪੈਸੇ ਵਾਪਸ ਮਿਲਣੇ ਚਾਹੀਦੇ, ਜਿੱਥੇ ਵੀ ਹੈ ਲਾਗੇ ਲਾਗੇ ਦਿਨਾਂ ਨਗਰ ਹੋਰ ਵੀ ਪਿੰਡਾਂ ਦੇ ਇਹਨਾਂ ਨੇ ਫਾਰਮ ਭਰੇ ਆ, ਹੋਰਨਾਂ ਨੂੰ ਵੀ ਇਹਨਾਂ ਨੇ ਬਹੁਤ ਠੱਗੀ ਮਾਰੀ ਆ ਇਹਨਾਂ ਨੂੰ। ਦਫ਼ਤਰ ਬਿਲਕੁਲ ਬੰਦ ਆ, ਅਸੀਂ ਬੰਦੇ ਭੇਜੇ ਆ, ਤਾਂ ਦਫ਼ਤਰ ਬੰਦ ਆ, ਉਹਨਾਂ ਨੇ ਬੋਰਡ ਪਾੜ ਕੇ ਸੁੱਟ ਦਿੱਤਾ ਵਾ, ਅਤੇ ਤਾਲੇ ਲੱਗੇ ਆ, ਅਤੇ ਸਾਰੇ ਹੈਰਾਨ ਹੁੰਦੇ ਵੀ ਇਹ ਕੀ ਬਣ ਗਿਆ ਸਾਡੇ ਨਾਲ, ਠੱਗਬਾਜ਼ੀ ਹੋ ਗਈ ਸਾਡੇ ਨਾਲ।